ਪੰਜਾਬ ਡੈਰੀਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਪਰਮਿੰਦਰ ਸਿੰਘ ਇਸ ਵਕਤ ਦੀ ਬੇਹਦ ਅਹਿਮ ਖਬਰ ਲੈ ਕੇ ਹਾਜ਼ਰ ਹੋਇਆ ਭਾਰਤ ਦਾ ਵਧੀਆ ਪ੍ਰਦਰਸ਼ਨ ਪੈਰਿਸ 올림픽 ਦੇ ਵਿੱਚ ਦੇਖਣ ਨੂੰ ਮਿਲਿਆ ਇੱਕ ਵਾਰ ਫਿਰ ਤੋਂ ਨਿਰਜ ਚੋਪੜਾ ਨੇ ਰਿਕਾਰਡ ਤੋੜਿਆ ਤੇ ਰਿਕਾਰਡ ਵੀ ਉਹਦਾ ਆਪਣਾ ਹੀ ਬਣਾਇਆ ਹੋਇਆ ਸੀ ਜਿਸ ਨੂੰ ਉਸ ਨੇ ਤੋੜਿਆ ਏ ਤਾਂ ਫਾਈਨਲ ਦੇ ਵਾਸਤੇ ਜਗ੍ਹਾ ਬਣਾ ਚੁੱਕੇ ਨੇ ਨਿਰਜ ਦੱਸ ਦਈਏ ਕਿ ਕੁਆਲੀਫਾਈ ਭਾਰਤ ਦੇ ਸਟਾਰ ਜੈਵਲਿਨ ਥਰੋ ਅਤੇ ਟੋਕੀਓ 올림픽 ਖੇਡਾਂ 2020 ਦੇ ਵਿੱਚ ਸੋਨ ਦਾ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਪੈਰਾਸੋਲੰਪਿਕ ਦੇ ਜੈਵਲਿਨ ਦੇ ਫਾਈਨਲ ਦੇ ਲਈ ਕੁਆਲੀਫਾਈ ਕਰ ਲਿਆ ਹੈ ਤਾਂ ਵੱਡੀ ਖਬਰ ਹੈ ਉਹਨਾਂ ਨੇ ਆਪਣੀ ਪਹਿਲੀ ਕੋਸ਼ਿਸ਼ ਦੇ ਵਿੱਚ 99.34 ਦੇ ਥਰੋ ਦੇ ਨਾਲ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਹੈ ਤਾਂ ਇਸੇ ਤਰ੍ਹਾਂ ਉਸ ਨੇ ਫਾਈਨਲ ਦੇ ਲਈ ਕੁਆਲੀਫਾਈ ਜਿਹੜਾ ਕਰ ਲਿਆ ਹੈ ਇਹ ਨੀਰਜ ਦਾ ਇਸ ਸੀਜ਼ਨ ਦਾ ਸਭ ਤੋਂ ਵਧੀਆ ਥਰੋ ਰਿਹਾ ਹੈ ਤਾਂ ਨੀਰਜ ਨੇ ਟੋਕੀਓ 올림픽 ਦੇ ਵਿੱਚ 87.58 ਦੀ ਦੂਰੀ ਦੇ ਉੱਤੇ ਥਰੋ ਸੁੱਟੀ ਸੀ ਜਿਸ ਕਾਰਨ ਉਸ ਨੂੰ ਸੋਨ ਤਗਮਾ ਜਿਹੜਾ ਮਿਲਿਆ ਸੀ ਤਾਂ ਕੁੱਲ ਮਿਲਾ ਕੇ ਨੀਰਜ ਨੇ ਇਸ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਇਹ ਭਾਰਤ ਦਾ ਹੋਰ ਜੈਵਲਿਨ ਥਰੋਅਰ ਕਿਸ਼ੋਰ ਜੈਨਾ ਜਿਨੇ ਕਿ ਆਟੋਮੈਟਿਕ ਯੋਗਤਾ ਹਾਸਲ ਨਹੀਂ ਕਰ ਸਕਿਆ ਉਹਨਾਂ ਨੇ 80.21 ਮੀਟਰ ਦੇ ਨਾਲ ਪੂਰਾ ਹੋਇਆ ਇਸ ਤੋਂ ਪਹਿਲਾਂ ਉਸਨੇ ਪਹਿਲੀ ਕੋਸ਼ਿਸ਼ ਦੇ ਵਿੱਚ 80.73 ਦਾ ਥਰੋ ਕੀਤਾ ਸੀ ਅਤੇ ਦੂਜੇ ਦੇ ਵਿੱਚ ਫਾਉਲ ਕੀਤਾ ਸੀ ਤਾਂ ਜੈਵਲਿਨ ਥਰੋ ਮੁਕਾਬਲੇ ਦੇ ਵਿੱਚ ਦੋ ਪੜਾ ਹੁੰਦੇ ਹਨ ਗਰੁੱਪ ਅਤੇ ਟਾਈਟਲ ਤਾਂ ਗਰੁੱਪ ਪੜਾ ਦੇ ਵਿੱਚ 84 ਮੀਟਰ ਦੀ ਥਰੋ ਨੂੰ ਵੀ ਕੁਆਲੀਫਾਈ ਕਰਨ ਦੇ ਲਈ ਮੰਨਿਆ ਜਾਂਦਾ ਹੈ ਜਦੋਂ ਕਿ ਚੋਟੀ ਦੇ 12 ਖਿਡਾਰੀ ਫਾਈਨਲ ਦੇ ਲਈ ਕੁਆਲੀਫਾਈ ਜਿਹੜੇ ਨੇ ਉਹ ਕਰਦੇ ਨੇ ਤਾਂ 2021 ਦੇ ਵਿੱਚ ਟੋਕੀਓ 올림픽 ਦੇ ਵਿੱਚ ਨੀਰਜ ਚੌਪੜਾ ਨੇ ਟੋਕੀਓ 올림픽 ਦੇ ਵਿੱਚ ਜੈਵਲਿਨ ਥਰੋ ਦੇ ਵਿੱਚ ਸੋਨ ਤਮਗਾ ਜਿੱਤਿਆ ਸੀ ਤੇ ਭਾਰਤ ਨੂੰ ਇੱਕ ਇਤਿਹਾਸਿਕ ਜਿੱਤ ਦਿੱਤੀ ਸੀ ਤੇ ਆਪਣਾ ਪਹਿਲਾ 올림픽 ਸੋਨ ਤਮਗਾ ਜਿਹੜਾ ਭਾਰਤ ਨੂੰ ਦਿਵਾਇਆ ਸੀ ਤਾ ਉਸ ਦੇ ਜਕਾਰਤਾ ਦੇ ਵਿੱਚ ਹੋਈਆਂ ਏਸ਼ੀਆਨ ਖੇਡਾਂ ਦੇ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ 2016 ਦੇ ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਨੀਰਜ ਨੇ ਪੋਲੈਂਡ ਦੇ ਜ਼ਿਲ੍ਹੇ ਦੇ ਵਿੱਚ ਇੱਕ ਆਯੋਜਿਤ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ ਇਸ ਤੋਂ ਇਲਾਵਾ 2018 ਦੇ ਵਿੱਚ ਰਾਸ਼ਟਰੀ ਮੰਡਲ ਖੇਡਾਂ ਜਿਸ ਦੇ ਵਿੱਚ ਉਹਨਾਂ ਨੇ ਗੋਲਡ ਕੋਸਟ ਆਸਟ੍ਰੇਲੀਆ ਦੇ ਵਿੱਚ ਹੋਈਆਂ ਰਾਸ਼ਟਰੀ ਮੰਡਲ ਖੇਡਾਂ ਦੇ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ ਤਰਾਸ਼ਟਰੀ ਰਿਕਾਰਡ ਜਿਹੜੇ ਨੇ ਉਹ ਵੀ ਨੀਰਜ ਚੋਪੜਾ ਦੇ ਨਾਲ ਜੁੜੇ ਹੋਏ ਨੇ ਨੀਰਜ ਚੋਪੜਾ ਨੇ ਕਈ ਵਾਰ ਭਾਰਤੀ ਰਾਸ਼ਟਰੀ ਰਿਕਾਰਡ ਤੋੜੇ ਨੇ ਅਤੇ ਵਰਤਮਾਨ ਦੇ ਵਿੱਚ ਵੀ ਭਾਰਤੀ ਜੈਵਲਿਨ ਥਰੋ ਦੇ ਵਿੱਚ ਉਸ ਦਾ ਰਿਕਾਰਡ ਜਿਹੜਾ ਸਭ ਤੋਂ ਵਧੀਆ ਰਿਹਾ ਹੈ ਤਾਂ ਨੀਰਜ ਚੋਪੜਾ ਨੇ 2022 ਦੇ ਵਿੱਚ ਜੈਵਲਿਨ ਥਰੋ ਦੇ ਵਿੱਚ 99.94 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਇੱਕ ਭਾਰਤੀ ਰਾਸ਼ਟਰੀ ਰਿਕਾਰਡ ਵੀ ਬਣਾ ਦਿੱਤਾ ਸੀ ਤੇ ਇੱਕ ਵਾਰ ਫੇਰ ਤੋਂ ਸੋਨ ਤਗਮਾ ਜਿੱਤਣ ਦੀ ਉਮੀਦ ਜਿਹੜੀ ਹੈ ਉਹ ਇੱਕ ਵਾਰ ਫੇਰ ਤੋਂ ਭਾਰਤੀਆਂ ਦੇ ਵਿੱਚ ਜਾਗਦੀ ਨਜ਼ਰ ਆ ਰਹੀ ਇਹ ਕਿਉਂਕਿ ਕੁਆਲੀਫਾਈ ਜਿਹੜੇ ਨੇ ਉਹ ਨਿਰਜ ਚੋਪੜਾ ਕਰ ਚੁੱਕੇ ਨੇ ਤੇ ਆਪਣਾ ਹੀ ਰਿਕਾਰਡ ਇੱਕ ਵਾਰ ਫਿਰ ਤੋਂ ਨਿਰਜ ਚੋਪੜਾ ਨੇ ਤੋੜਿਆ ਏ ਇਸੇ ਇਸ ਵਕਤ ਦੀ ਅਹਿਮ ਖਬਰ ਪਲਪਲ ਦੀ ਅਪਡੇਟ ਦੇਖਣ ਵਾਸਤੇ ਦੇਖਦੇ ਰਹੋ ਪੰਜਾਬ ਡਾਇਰੀ ਧੰਨਵਾਦ